ਜਾਣਾ ਅੱਜ ਤਾਂ ਧੁੱਪ ਵਧੀਆ ਸੀ ਸਾਰੇ ਕੱਪੜੇ ਸੁੱਕੋਗੇ ਕੀ ਬਣਾਏਗੀ ਅੱਜ ਪਾਲੀ ਕੀ ਬਣਾਈਏ ਬੇਬੇ ਤੂੰ ਹੀ ਦੱਸ ਦੇ ਘਰ ਲਾ ਕੁਝ ਚੌਲ ਬਣਾ ਲਾ ਅੱਜ ਚੌਲ ਚੌਲ ਖਾਣੀ ਜੀ ਕਰਦਾ ਬੇਬੇ ਤੇ ਹੋਰ ਚੌਲ ਬਣਾ ਲਾ मैगी पावांगे ते दूसरे ब्रेड नाल इस तरह दबा देंगे एवें से बाकी दे ब्रेड भी तैयार कर लेंगे हाँ जी मैगी सैंडविच मैनू भी खाने बड़ा टेस्टी लगता है तुसी भी घरे जरूर ट्राई करके देखे बिल्कुल आसान तरीका इनू बनाने का हाँ जी हम सारे ब्रेड तैयार हो चुके ने हाँ जी मैं तवा गर्म कर लिया स्पेशल सैंडविच वाला तवा है तो सब तो पहले आप बटर लगावांगे हाँ जी हम ये आप सैंडविच रख देंगे तो दूसरी साइड भी बटर लगा देंगे चंगी तरह ब्रेड की दूसरी साइड भी बटर लगा देंगे चंगी तरह गर्म भी हो गया दे, ब्रेड दे एक साइड बटर लगा लिया हूँ इन्हें इधर पा देंगे तो ब्रेड दे दूसरी साइड भी बटर लगा देंगे बटर लगाने टेस्ट बहुत वधिया आ जाता सैंडविच तो दूसरी साइड भी सेक लेंगे चंगी तरह चलो उपर रख हाँ जी हम सैंडविच बन गया भी तार लाँगे तो दूसरे ब्रेड सैंडविच से भी बटर लगा लाँगे हाँ जी हम दूसरे ब्रेड से दूसरी साइड भी लगा देंगे बटर नू चंगी तरह हाँ जी मैगी सैंडविच बन के रेडी ने ते देखें जी मैं तो मुँह च पानी आ रहा था हूँ जी करे फटाफट इन खा ला तो थोड़ा अज्जी साड़ी रेसिपी कि मेरे की जरूर दस्सी एवं सानू सपोर्ट करते रहो मिलेंगे थोड़े नाल एक नवी वीडियो दे नाल धन्यवाद जी बेबे खा के दस कि बने खानी बढ़िया बने सॉस ला लो होर ਕੀ ਦੇਖਿਆ ਨਹੀਂ ਆ ਹਾਂਜੀ ਹੁਣ ਮੈਂ ਬ੍ਰੈਡ ਦੇ ਸਲਾਈਸਿਸ ਲੈ ਲਏ ਹੁਣ ਇਹਦੇ ਇੱਕ ਪਾਸੇ ਸੌਸ ਲਗਾਵਾਂਗੇ ਹਾਂਜੀ ਸੀ ਮੈਗੀ ਪਾਵਾਂਗੇ दूसरे ब्रेड नाल इस तरह दबा देंगे एवें से बाकी दे ब्रेड भी तैयार कर लेंगे
ਹਾਂਜੀ ਮੈਗੀ ਸੈਂਡਵਿਚ ਮੈਨੂੰ ਵੀ ਖਾਣ ਚ ਬੜਾ ਟੇਸਟੀ ਲੱਗਦਾ ਤੁਸੀਂ ਵੀ ਘਰੇ ਜਰੂਰ ਟਰਾਈ ਕਰਕੇ ਦੇਖਿਓ ਬਿਲਕੁਲ ਆਸਾਨ ਤਰੀਕਾ ਇਹਨੂੰ ਬਣਾਉਣ ਦਾ ਹਾਂਜੀ ਹੁਣ ਸਾਰੇ ਬ੍ਰੈਡ ਤਿਆਰ ਹੋ ਚੁੱਕੇ ਨੇ ਹਾਂਜੀ ਮੈਂ ਤਵਾ ਗਰਮ ਕਰ ਲਿਆ ਸਪੈਸ਼ਲ ਸੈਂਡਵਿਚ ਵਾਲਾ ਤਵਾ ਇਹਦੇ ਤੇ ਸਭ ਤੋਂ ਪਹਿਲਾਂ ਆਪਾਂ ਬਟਰ ਲਗਾਵਾਂਗੇ ਹਾਂਜੀ ਹੁਣ ਇਹਦੇ ਚ ਆਪਾਂ ਸੈਂਡਵਿਚ ਰੱਖ ਦਾਂਗੇ ਤੇ ਦੂਸਰੀ ਸਾਈਡ ਵੀ ਬਟਰ ਲਗਾ ਦਾਂਗੇ ਚੰਗੀ ਤਰ੍ਹਾਂ ਤੇ ਬ੍ਰੈਡ ਦੀ ਦੂਸਰੀ ਸਾਈਡ ਵੀ ਬਟਰ ਲਗਾ ਦਾਂਗੇ ਚੰਗੀ ਤਰ੍ਹਾਂ गर्म भी हो गया दे, ब्रेड दे एक साइड बटर लगा लिया हुण इहनूं इहदे उत्ते पा दांगे ते ब्रेड दे दूसरी साइड भी बटर लगा दांगे बटर लगाण नाल टेस्ट बहुत वधिया आ जांदा सैंडविच च ते दूसरी साइड भी सेक लांगे चंगी तरहां चल उप्पर रख ਹਾਂਜੀ ਹੁਣ ਸੈਂਡਵਿਚ ਬਣ ਗਿਆ ਇਹਨੂੰ ਵੀ ਤਾਰ ਲਾਂਗੇ ਤੇ ਦੂਸਰੇ ਬ੍ਰੈਡ ਸੈਂਡਵਿਚ ਤੇ ਵੀ ਬਟਰ ਲਗਾ ਲਾਂਗੇ ਹਾਂਜੀ ਹੁਣ ਦੂਸਰੇ ਬ੍ਰੈਡ ਤੇ ਦੂਸਰੀ ਸਾਈਡ ਵੀ ਲਗਾ ਦਾਂਗੇ ਬਟਰ ਨੂੰ ਚੰਗੀ ਤਰ੍ਹਾਂ ਹਾਂਜੀ ਮੈਗੀ ਸੈਂਡਵਿਚ ਬਣ ਕੇ ਰੈਡੀ ਨੇ ਤੇ ਦੇਖਣ ਜਿਵੇਂ ਤਾਂ ਮੂੰਹ 'ਚ ਪਾਣੀ ਆ ਰਿਹਾ ਤੇ ਹੁਣ ਜੀ ਕਰੇ ਫਟਾਫਟ ਇਹਨੂੰ ਖਾ ਲਾ ਤੇ ਤੁਹਾਨੂੰ ਅੱਜ ਸਾਡੀ ਰੈਸਪੀ ਕਿਵੇਂ ਲੱਗੀ ਜ਼ਰੂਰ ਦੱਸਿਓ ਐਵੇਂ ਸਾਨੂੰ ਸਪੋਰਟ ਕਰਦੇ ਰਹੋ ਮਿਲਾਂਗੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਬੇਬੇ ਖਾ ਕੇ ਦੱਸ ਕਿਵੇਂ ਬਣਿਆ ਖਾਣੀ ਆ ਵਧੀਆ ਬਣਿਆ ਸਵਾਸ ਲਾ ਲਓ ਹੋਰ ਕੀ ਦੇਖੀਆਂ ਨਹੀਂ ਆ ਤੇ ਬ੍ਰੈਡ ਦੀ ਦੂਸਰੀ ਸਾਈਡ ਵੀ ਬਟਰ ਲਗਾ ਦਾਂਗੇ ਚੰਗੀ ਤਰ੍ਹਾਂ ਆ ਗਰਮ ਵੀ ਹੋ ਗਿਆ ਇਹਦੇ ਬ੍ਰੈਡ ਦੇ ਇੱਕ ਸਾਈਡ ਬਟਰ ਲਗਾ ਲਿਆ ਹੁਣ ਇਹਨੂੰ ਇਹਦੇ ਉੱਤੇ ਪਾ ਦਾਂਗੇ ਤੇ ਬ੍ਰੈਡ ਦੇ ਦੂਸਰੀ ਸਾਈਡ ਵੀ ਬਟਰ ਲਗਾ ਦਾਂਗੇ ਬਟਰ ਲਗਾਣ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ ਸੈਂਡਵਿਚ ਚ ਦੂਸਰੀ ਸਾਈਡ ਵੀ ਸੇਕ ਲਾਂਗੇ ਚੰਗੀ ਤਰ੍ਹਾਂ ਚੱਲ ਉੱਪਰ ਰੱਖ ਹਾਂਜੀ ਹੁਣ ਸੈਂਡਵਿਚ ਬਣ ਗਿਆ ਇਹਨੂੰ ਵੀ ਤਾਰ ਲਾਂਗੇ ਤੇ ਦੂਸਰੇ ਬ੍ਰੈਡ ਸੈਂਡਵਿਚ ਤੇ ਵੀ ਬਟਰ ਲਗਾ ਲਾਂਗੇ ਹਾਂਜੀ ਹੁਣ ਦੂਸਰੇ ਬ੍ਰੈਡ ਤੇ ਦੂਸਰੀ ਸਾਈਡ ਵੀ ਲਗਾ ਦਾਂਗੇ ਬਟਰ ਨੂੰ ਚੰਗੀ ਤਰ੍ਹਾਂ ਹਾਂਜੀ ਮੈਗੀ ਸੈਂਡਵਿਚ ਬਣ ਕੇ ਰੈਡੀ ਨੇ ਤੇ ਦੇਖਣ ਜਿਵੇਂ ਤਾਂ ਮੂੰਹ 'ਚ ਪਾਣੀ ਆ ਰਿਹਾ ਤੇ ਹੁਣ ਜੀ ਕਰੇ ਫਟਾਫਟ ਇਹਨੂੰ ਖਾ ਲਾ ਤੇ ਤੁਹਾਨੂੰ ਅੱਜ ਸਾਡੀ ਰੈਸਪੀ ਕਿਵੇਂ ਲੱਗੀ ਜ਼ਰੂਰ ਦੱਸਿਓ ਐਵੇਂ ਸਾਨੂੰ ਸਪੋਰਟ ਕਰਦੇ ਰਹੋ ਮਿਲਾਂਗੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਬੇਬੇ ਖਾ ਕੇ ਦੱਸ ਕਿਵੇਂ ਬਣਿਆ ਖਾਣੀ ਆ ਵਧੀਆ ਬਣਿਆ ਸਵਾਸ ਲਾ ਲਓ ਹੋਰ ਕੀ ਦੇਖੀਆਂ ਨਹੀਂ ਆ